ਕੈਨੇਡਾ ਸੜਕੀ ਹਾਦਸੇ 'ਚ ਮਾਰੀ ਗਈ 23 ਸਾਲਾ ਕੁੜੀ। 10 ਮਹੀਨੇ ਕੈਨੇਡਾ 'ਚ ਨਹੀਂ ਮਿਲਿਆ ਕੰਮ। ਕੁਝ ਹੀ ਦਿਨਾਂ ਤੋਂ ਸਹੇਲੀ ਨਾਲ ਜਾਣ ਲੱਗੀ ਸੀ ਕੰਮ। ਵਾਪਸ ਆਉਂਦੇ ਸਮੇਂ ਗੱਡੀ ਨੇ ਮਾਰੀ ਟੱਕਰ। ਤਾਂ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਇੱਕ ਹੋਰ ਲੜਕੀ ਦੀ ਮੌਤ ਹੋ ਗਈ ਹੈ, ਜੋ ਕਿ ਹਲੇ 11 ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ਾ 'ਤੇ ਕੈਨੇਡਾ ਗਈ ਸੀ। ਤਾਂ 10 ਮਹੀਨੇ ਤੋਂ ਕੈਨੇਡਾ ਦੇ ਵਿੱਚ ਉਸਨੂੰ ਕੋਈ ਵੀ ਕੰਮ ਨਹੀਂ ਮਿਲਿਆ ਸੀ। ਤਾਂ ਸਹੇਲੀ ਦੇ ਨਾਲ ਕੁਝ ਦਿਨਾਂ ਤੋਂ ਹਲੇ ਕੰਮ ਜਾਣ ਲੱਗੀ ਸੀ। ਤਾਂ ਕੰਮ ਤੋਂ ਵਾਪਸ ਆਉਂਦੇ ਸਮੇਂ ਉਸਦੇ ਨਾਲ ਹਾਦਸਾ ਹੋ ਗਿਆ, ਜਦੋਂ ਇੱਕ ਗੱਡੀ ਨੇ ਉਸਨੂੰ ਟੱਕਰ ਮਾਰੀ। ਤਾਂ ਟੱਕਰ ਦੇ ਵਿੱਚ ਦੋ ਲੜਕੀਆਂ ਸਮੇਤ ਖੁਸ਼ਪ੍ਰੀਤ ਦੀ ਵੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਮਿਲੀ ਜਾਣਕਾਰੀ ਅਨੁਸਾਰ ਖੁਸ਼ਪ੍ਰੀਤ ਜਗਰਾਉਂ ਦੀ ਰਹਿਣ ਵਾਲੀ ਸੀ ਅਤੇ ਇਸਦੀ ਉਮਰ 13 ਸਾਲ ਸੀ। ਅਤੇ ਜਦੋਂ ਪਰਿਵਾਰ ਨੂੰ ਇਸ ਸੰਬੰਧੀ ਜਾਣਕਾਰੀ ਮਿਲਦੀ ਹੈ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਉਸਦੇ ਘਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਇਸ 23 ਸਾਲਾ ਲੜਕੀ ਦੀ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਤਾਂ ਆਪਣੇ ਉਜਵਲ ਭਵਿੱਖ ਦੇ ਲਈ ਇਹ ਕੁੜੀ ਕੈਨੇਡਾ ਗਈ ਸੀ, 11 ਮਹੀਨੇ ਪਹਿਲਾਂ ਗਈ ਸੀ, ਪਰ ਹੁਣ ਸੜਕੀ ਹਾਦਸੇ ਦੇ ਵਿੱਚ ਇਸਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਹੁਣ ਪਰਿਵਾਰ ਦੇ ਵੱਲੋਂ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੇ ਲਈ ਮਦਦ ਦੀ ਗੁਹਾਰ ਲਗਾਈ ਗਈ ਹੈ। ਤਾਂ ਇਹ ਪਰਿਵਾਰ ਦੇ ਹਾਲਾਤ ਨਹੀਂ ਦੇਖੇ ਜਾ ਰਹੇ, ਇਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਮੈਂ ਜੀ ਇਸ ਟਾਈਮ ਪਿੰਡ ਦਾ ਪੰਚਾਇਤ ਮੈਂਬਰ ਸੁਖਵਿੰਦਰ ਸਿੰਘ ਹਾਂ। ਮੈਨੂੰ ਹੁਣ ਇਹ ਜਿਵੇਂ ਇਹ ਪਰਿਵਾਰ 'ਤੇ ਦੁੱਖ ਭਾਣਾ ਵਰਤਿਆ ਵਾ, ਬਹੁਤ ਮੰਦ ਭਾਗੀ ਖਬਰ ਆ। ਇਹ ਸਰਕਾਰਾਂ ਜੇ ਇੱਥੇ ਸਾਨੂੰ ਬੱਚਿਆਂ ਨੂੰ ਕੰਮ ਦੇਣ ਤਾਂ ਸਾਡੇ ਬੱਚੇ ਬਾਹਰ ਕਿਉਂ ਜਾਣ ਹਨ? 20-22 ਲੱਖ ਰੁਪਈਆ ਲਾ ਕੇ ਬਾਈ ਚਮਕੌਰ ਸਿੰਘ ਨੇ ਬੇੜੀ ਤੋਰੀ ਸੀਗੀ, ਹੁਣ 5 ਲੱਖ ਰੁਪਈਆ ਇਹ ਦੱਸਦਾ ਨਹੀਂ ਹੋਇਆ ਸੀ, ਫੀਸ ਦੁਆਰੇ ਭਰ ਕੇ ਹਟੇ ਹਾਂ। ਹੁਣ ਜਿਹੜਾ ਘਾਟਾ ਤਾਂ ਪੂਰਾ ਹੋ ਨਹੀਂ ਸਕਦਾ ਗਾ। ਇਹ ਸਰਕਾਰਾਂ ਨੂੰ ਸਾਨੂੰ ਚਾਹੀਦਾ ਵੀ ਇੱਕ ਤਾਂ ਜੋ ਵੀ ਇੱਥੇ ਬਾਹਰ ਹੋਇਆ ਵਾ, ਇਹ ਐਕਸੀਡੈਂਟ ਹੋਇਆ ਕਿਸੇ ਦੇ ਵੀ ਕਾਰਨ ਹੋਇਆ ਵਾ, ਉਹ ਸਾਨੂੰ ਉਹਦਾ ਇਨਸਾਫ ਮਿਲੇ ਅਤੇ ਸਾਡੀ ਜਿਹੜੀ ਬੱਚੀ ਦੀ ਇਲਾਜ ਜਿਹੜੀ ਡਾਡੇ ਵੱਡੀ ਆ, ਹੋ ਸਕਦਾ ਅਸੀਂ ਪਿੰਡ ਸੰਸਕਾਰ ਕਰਨਾ ਚਾਹੁੰਦੇ ਹਾਂ। ਜੇ ਸਾਡੀ ਸਰਕਾਰ ਮਦਦ ਕਰ ਸਕੇ ਤਾਂ ਅਸੀਂ ਪਿੰਡ ਲਿਆ ਕੇ ਉਹਦਾ ਸੰਸਕਾਰ ਕਰ ਸਕੀਏ। ਅਸੀਂ ਸਰਕਾਰ ਨੂੰ ਇਹੀ ਚਾਹੁੰਦੇ ਹਾਂ ਵੀ ਵੱਧ ਤੋਂ ਵੱਧ ਬੱਚਿਆਂ ਨੂੰ ਜੇ ਇੱਥੇ ਜੋਬਾਂ ਮਿਲਣ ਤਾਂ ਸਾਨੂੰ ਬਾਹਰ ਜਾਣ ਦੀ ਲੋੜ ਨਾ ਪਵੇ। ਇਹ ਮੇਰੇ ਸਾਲਾ ਜੀ, ਇਹਨਾਂ ਦੀ ਬੇਟੀ ਲੜਕੀ ਸੀ, 11 ਕੁ ਮਹੀਨਾ ਪਹਿਲਾਂ ਗਈ ਸੀ ਸਟੱਡੀ ਵੇਚ 'ਤੇ ਬਾਹਰ, ਅਤੇ ਪਰਸੋਂ ਫੋਨ ਆਇਆ, ਪਤਾ ਲੱਗਿਆ ਸ਼ਾਮ ਨੂੰ ਸਾਨੂੰ ਵੀ ਆਹ ਗੱਲ ਹੋ ਗਈ, ਐਕਸੀਡੈਂਟ ਹੋ ਗਿਆ ਕਨੇਡਾ 'ਚ, ਵੀ 3 ਲੜਕੀਆਂ, ਵੀ 2 ਲੜਕੇ, ਵੀ ਡਰਾਈਵਰ ਬਚ ਗਿਆ, ਬਾਕੀ ਉੱਧਰ ਹੈਗੇ ਰਿਸ਼ਤੇਦਾਰ, ਫੋਨ ਕੀਤੇ ਹੋਇਆ ਵੀ ਕਾਰਵਾਈ ਕਰਕੇ ਸਾਨੂੰ ਦੱਸਣਗੇ ਜੋ ਵੀ ਹੋਇਆ ਪਤਾ ਲੱਗੂ। ਕਿੰਨੇ ਲੜਕੀਆਂ ਦੀ ਡੈਥ ਹੋਈ ਹੈ ਇਹਦੇ 'ਚ? ਹਾਂ, 3 ਬਾਕੀ 2 ਕਿੱਥੋਂ ਦੇ ਸੀ ਪਤਾ ਲੱਗਿਆ? ਨਹੀਂ, ਇੱਕ ਲੜਕੀ ਦਾ ਪਤਾ ਲੱਗਿਆ ਜੀ, ਕਹਿੰਦੇ ਗੁਰਦਾਸਪੁਰ ਏਰੀਏ ਦੀ, ਬਾਕੀ ਨਹੀਂ ਪਤਾ ਲੱਗਿਆ। ਸਾਨੂੰ ਜੀ ਪਰਸੋਂ ਪਤਾ ਲੱਗਿਆ, ਮੇਰੀ ਵੱਡੀ ਬੇਟੀ ਸੀਗੀ ਉੱਥੇ ਜੀ, ਉਹਨਾਂ ਨੇ ਫੋਨ ਲਾਇਆ ਸੀਗਾ ਜੀ ਵੀ ਐਂ ਕਰਕੇ ਆਪਣੀ ਗੁੱਡੀ ਦਾ ਵੀ ਐਕਸੀਡੈਂਟ ਹੋ ਗਿਆ ਜੀ, ਅਤੇ ਇਹ 3 ਗੁੱਡੀਆਂ ਸੀਗੀਆਂ ਜੀ, ਅਤੇ ਯਾਨੀ ਵੈਨ ਦੇ ਵਿੱਚ 5 ਬੱਚੇ ਸੀ, ਇਹ ਕੰਮ ਤੋਂ ਵਾਪਸ ਆ ਰਹੇ ਸੀਗੇ, ਰਸਤੇ ਦੇ ਵਿੱਚ ਇਹਨਾਂ ਦਾ ਐਕਸੀਡੈਂਟ ਹੋ ਗਿਆ ਜੀ, ਅਤੇ ਇਹ 3 ਕੁੜੀਆਂ ਤਾਂ ਗੱਡੀ ਦੇ ਵਿੱਚ ਹੀ ਪੂਰੀਆਂ ਹੋ ਗਈਆਂ ਜੀ, 2 ਬੱਚੇ ਸੀਰੀਅਸ ਆ ਜ਼ਿਆਦਾ, ਉਹ ਦਾਖਲ ਕਰਵਾਏ ਹੋਇਆ, ਅਤੇ ਡਰਾਈਵਰ ਸਾਲ ਮਾਰ ਗਿਆ ਜੀ, ਡਰਾਈਵਰ ਬਚ ਗਿਆ, ਡਰਾਈਵਰ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ, ਅਤੇ ਅੱਗੇ ਕਾਰਵਾਈ ਹਜੇ ਸਾਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਜੀ। ਨਹੀਂ ਜੀ, ਉਹਦੇ ਬਾਰੇ ਹਜੇ ਸਾਨੂੰ ਕੋਈ ਨਹੀਂ ਪਤਾ ਰਿਹਾ ਜੀ, ਪੁਲਿਸ ਵਾਲੇ ਉੱਧਰ ਜਾਂਚ ਕਰ ਰਹੇ ਆ, ਅਤੇ ਹਜੇ ਸਾਨੂੰ ਕੁਛ ਨਹੀਂ ਦੱਸ ਰਹੇ। ਮੰਗ ਜੀ ਅਸੀਂ ਇਹੀ ਕਰ ਰਹੇ ਹਾਂ ਜੀ, ਸਾਡੀ ਬੇਟੀ ਦਾ ਯਾਨੀ ਦੀ ਜੋ ਵੀ ਹੋਇਆ ਵਾ ਉਹਦੇ ਬਾਰੇ ਸਾਨੂੰ ਪਤਾ ਲੱਗਣਾ ਚਾਹੀਦਾ ਜੀ, ਚਾਹੀਦਾ ਸਾਨੂੰ ਜੀ।